सारिया ने देखा सोशल मीडिया के उत्ते बड़ा रौला पै रहा। एक गाँव वाली बीबी इल्जाम ला रही है कि लखे सधाणे ने साडे घरे गोलियां चला दी। लखे ते इल्जाम बहुत समय तो लगते आ रहे हैं। जदों तो लखा पंजाब लई लड़ना शुरू होया, जदों तो लखे ने पंजाब दे हक्कां दी आवाज बुलंद की है, जदों तो लखा इस किसानी अंदोलन नाल जुड़िया है, लखे नूं तरह तरह के फतवे दिते गए जारी किए गए। एक नवा इल्जाम बीबा वालों मढ़ दिता गया कि लखे ने साडे घरे गोलियां चला दियां। 26 जनवरी मेरे खिलाफ बड़े तानों पता सर्टिफिकेट वंडे गए सी कि लखे ने उन्होंने गोलियां चलातियां। लखे के खिलाफ मिथ के कई बंद ने झंडे चलाए कि लखे ने उन्होंने खिलाफ गोलियां चलातियां। लखे नूं निशाना बनाउणा इस गल्लों भी सौखा क्योंकि लखे का बैकग्राउंड, लखे का पिछोकड़ उस लाइन नाल जुड़दा है कि लखे नूं बदनाम किया जा सकता है। इस गल्लों जदों तो असीं हुण चोण मैदान दे विच उतरन दी गल कीती आ, उस दिन तो लैके मैं तुहानूं पहलां भी कई वारी ये दस्सिया वख-वख इंटरव्यू दे विच मैं बोलिया, तुसीं सुणिया होणा कि हो सकदा वोटां दौरान आके वोटां दे नेड़े आके मैनूं चक के अंदर सट दित्ता जावे, जां हो सकदा मेरे ते कोई हमला करा दित्ता जावे। ये मैं पहलां ही बोलिया। लखा जी अज पंजाब दे हक्कां दी गल करदा, पंजाब दे मुद्दिआं दी गल करदा। लखा कल नूं कदे विधान सभा पहुंच गया तां उत्थे तां साडीआं सारीआं जिहड़ीआं चोरीआं ने ये लोगों सामने जग जाहिर कर दूंगा। सुरेंद्र सारा जोर लग्या, सारिया तरह का इकट्ठा होके भी किसी भी रूप में लखे को दबना, लखे की आवाज को दब देना। पर मैं पंजाबी एक गल तुहानूं पहला भी कहना आया, जिवें कहना कि लखे की आवाज ऐ नहीं दबनी। हाँ जिद्दे वैसे ही चुप होगी, कोई ऐसा भाणा वापर गया वह गल अलग है, पर जिन्ना चिर लखे के साह चलते हैं लखा पंजाब ते पंजाबीयत लई अपनी जान भी कुर्बान कर। ਸਸਿਕਾਲ ਜੀ, ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਬੜਾ ਰੌਲਾ ਪੈ ਰਿਹਾ। ਇੱਕ ਗਾਉਣ ਵਾਲੀ ਬੀਬੀ ਇਲਜ਼ਾਮ ਲਾ ਰਹੀ ਹੈ ਕਿ ਲੱਖੇ ਸਧਾਣੇ ਨੇ ਸਾਡੇ ਘਰੇ ਗੋਲੀਆਂ ਚਲਾਤੀਆਂ। ਲੱਖੇ ਤੇ ਇਲਜ਼ਾਮ ਲੱਗਣਾ ਨਵੀਂ ਗੱਲ ਨਹੀਂ, ਲੱਖੇ ਤੇ ਇਲਜ਼ਾਮ ਬਹੁਤ ਸਮੇਂ ਤੋਂ ਲੱਗਦੇ ਆ ਰਹੇ ਆ। ਜਦੋਂ ਤੋਂ ਲੱਖਾ ਪੰਜਾਬ ਲਈ ਲੜਨਾ ਸ਼ੁਰੂ ਹੋਇਆ, ਜਦੋਂ ਤੋਂ ਲੱਖੇ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਦੋਂ ਤੋਂ ਲੱਖਾ ਇਸ ਕਿਸਾਨੀ ਅੰਦੋਲਨ ਨਾਲ ਜੁੜਿਆ, ਲੱਖੇ ਨੂੰ ਤਰ੍ਹਾਂ ਤਰ੍ਹਾਂ ਦੇ ਫਤਵੇ ਦਿੱਤੇ ਗਏ, ਜਾਰੀ ਕੀਤੇ ਗਏ, ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ ਦੁਆਰਾ ਬਦਨਾਮ ਕੀਤਾ ਗਿਆ, ਕਦੇ ਕੋਈ ਇਲਜ਼ਾਮ ਲਾ ਕੇ ਤੇ ਕਦੇ ਕੋਈ ਇਲਜ਼ਾਮ ਲਾ ਕੇ। ਇਹ ਤੁਸੀਂ ਵੀ ਸਾਰੇ ਸਮੇਂ ਤੇ ਦੇਖਦੇ ਰਹੇ ਹਾਂ। ਹੁਣ ਇੱਕ ਨਵਾਂ ਇਲਜ਼ਾਮ ਬੀਬਾ ਵੱਲੋਂ ਮੜ ਦਿੱਤਾ ਗਿਆ ਕਿ ਲੱਖੇ ਨੇ ਸਾਡੇ ਘਰੇ ਗੋਲੀਆਂ ਚਲਾਤੀਆਂ। 26 ਜਨਵਰੀ ਨੂੰ ਮੇਰੇ ਖਿਲਾਫ ਬੜੇ ਤੁਹਾਨੂੰ ਪਤਾ ਸਰਟੀਫਿਕੇਟ ਵੰਡੇ ਗਏ ਸੀ ਕਿ ਲੱਖੇ ਨੇ ਉਹਨਾਂ ਦੇ ਗੋਲੀਆਂ ਚਲਾਤੀਆਂ। ਲੱਖੇ ਦੇ ਖਿਲਾਫ ਮਿਥ ਕੇ ਕਈ ਬੰਦਿਆਂ ਨੇ ਝੰਡੇ ਚਲਾਏ ਕਿ ਲੱਖੇ ਨੇ ਉਹਨਾਂ ਦੇ ਖਿਲਾਫ ਗੋਲੀਆਂ ਚਲਾਤੀਆਂ। ਲੱਖੇ ਨੂੰ ਨਿਸ਼ਾਨਾ ਬਣਾਉਣਾ ਇਸ ਗੱਲੋਂ ਵੀ ਸੌਖਾ ਕਿਉਂਕਿ ਲੱਖੇ ਦਾ ਬੈਕਗ੍ਰਾਉਂਡ, ਲੱਖੇ ਦਾ ਪਿਛੋਕੜ ਉਸ ਲਾਈਨ ਨਾਲ ਜੁੜਦਾ ਹੈ ਕਿ ਲੱਖੇ ਨੂੰ ਬਦਨਾਮ ਕੀਤਾ ਜਾ ਸਕਦਾ ਇਸ ਗੱਲੋਂ। ਇਹ ਕੌਣ ਤਾਕਤਾਂ ਨੇ, ਇਹ ਕਿਹੜੀਆਂ ਤਾਕਤਾਂ ਨੇ, ਇਹ ਕਿਹੜੀਆਂ ਧਿਰਾਂ ਨੇ ਜਿਹੜੀਆਂ ਲਗਾਤਾਰ ਲੱਖੇ ਦੇ ਖਿਲਾਫ ਇਹ ਪ੍ਰਾਪੇਗੰਡਾ ਕਰ ਰਹੀਆਂ ਨੇ। ਜਦੋਂ ਤੋਂ ਅਸੀਂ ਹੁਣ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਗੱਲ ਕੀਤੀ ਆ, ਉਸ ਦਿਨ ਤੋਂ ਲੈ ਕੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਇਹ ਦੱਸਿਆ ਵੱਖ-ਵੱਖ ਇੰਟਰਵਿਊ ਦੇ ਵਿੱਚ ਮੈਂ ਬੋਲਿਆ, ਤੁਸੀਂ ਸੁਣਿਆ ਹੋਣਾ ਕਿ ਹੋ ਸਕਦਾ ਵੋਟਾਂ ਦੌਰਾਨ ਆ ਕੇ ਵੋਟਾਂ ਦੇ ਨੇੜੇ ਆ ਕੇ ਮੈਨੂੰ ਚੱਕ ਕੇ ਅੰਦਰ ਸੁੱਟ ਦਿੱਤਾ ਜਾਵੇ, ਜਾਂ ਹੋ ਸਕਦਾ ਮੇਰੇ ਤੋਂ ਕੋਈ ਹਮਲਾ ਕਰਾ ਦਿੱਤਾ ਜਾਵੇ। ਇਹ ਮੈਂ ਪਹਿਲਾਂ ਵੀ ਬੋਲਿਆ ਕਿਉਂਕਿ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਕਿ ਲੱਖਾ ਜੀ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ। ਲੱਖਾ ਕੱਲ ਨੂੰ ਕਦੇ ਵਿਧਾਨ ਸਭਾ ਪਹੁੰਚ ਗਿਆ ਤਾਂ ਉੱਥੇ ਤਾਂ ਸਾਡੀਆਂ ਸਾਰੀਆਂ ਜਿਹੜੀਆਂ ਚੋਰੀਆਂ ਨੇ ਇਹ ਲੋਕਾਂ ਸਾਹਮਣੇ ਜਗ ਜਾਹਰ ਕਰ ਦੂਗਾ। ਸੁਰਿੰਦਰ ਸਾਰਾ ਜ਼ੋਰ ਲੱਗਿਆ, ਸਾਰੀਆਂ ਧਿਰਾਂ ਦਾ ਇਕੱਠਾ ਹੋ ਕੇ ਵੀ ਕਿਸੇ ਵੀ ਰੂਪ ਦੇ ਵਿੱਚ ਲੱਖੇ ਨੂੰ ਦੱਬਣਾ, ਲੱਖੇ ਦੀ ਆਵਾਜ਼ ਨੂੰ ਦੱਬ ਦੇਣਾ। ਪਰ ਮੈਂ ਪੰਜਾਬੀ ਇੱਕੋ ਗੱਲ ਤੁਹਾਨੂੰ ਪਹਿਲਾਂ ਵੀ ਕਹਿੰਦਾ ਆਇਆ, ਜੇ ਵੀ ਕਹਿੰਦਾ ਕਿ ਲੱਖੇ ਦੀ ਆਵਾਜ਼ ਐਂ ਨਹੀਂ ਦੱਬਣੀ। ਹਾਂ ਜਿੱਦੇ ਵੈਸੇ ਹੀ ਚੁੱਪ ਹੋ ਗਈ, ਕੋਈ ਐਸਾ ਭਾਣਾ ਵਾਪਰ ਗਿਆ ਉਹ ਗੱਲ ਅਲੱਗ ਹੈ, ਪਰ ਜਿੰਨਾ ਚਿਰ ਲੱਖੇ ਦੇ ਸਾਹ ਚੱਲਦੇ ਨੇ ਲੱਖਾਂ ਪੰਜਾਬ ਤੇ ਪੰਜਾਬੀਅਤ ਲਈ ਆਪਣੀ ਜਾਨ ਵੀ ਕੁਰਬਾਨ ਕਰਨ ਨੂੰ ਤਿਆਰ। ਸੋ ਇਹ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਨੇ, ਮੈਂ ਤੁਹਾਨੂੰ ਮੁਖਾਤਬ ਇਸ ਕਰਕੇ ਹੋ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਥੇਰੀਆਂ ਚਾਲਾਂ ਹੈਗੀਆਂ ਚੱਲੀਆਂ ਜਾਣੀਆਂ ਮੇਰੇ ਖਿਲਾਫ, ਬਹੁਤ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾਣੀਆਂ ਮੇਰੇ ਖਿਲਾਫ, ਕਿਉਂਕਿ ਅਗਲਿਆਂ ਨੇ ਸਾਮ ਦਾਮ ਦੰਡ ਭੇਦ ਸਾਰੇ ਢੰਗ ਤਰੀਕੇ ਅਪਣਾਉਣੇ ਨੇ। ਉਹਨਾਂ ਨੂੰ ਪਤਾ
कि दबाया नहीं दबना, लाज दिते साढ़े नाल नहीं आना, इन्हू किस तरीके नाल दबिया जाए कि तुसी फैसला करना। तुहानू ही पता है कौन लोग ने, आने वाले समय से असीं भी खुलासे करांगे कौन लोग ने। सो मैं यही कहना चाहना कि यह जांच का विषय हैगा, इहदी जांच होनी चाहीदी आ। मेरे ते पहला भी परचे होए, मैं पहला भी अपने लोगों से, मेरे ते हुण भी परचे होने, मैं हुण भी अपने लोगों च होऊंगा। जे सरकार मैनू फड़ना चाहती है, पंजाब पुलिस मैनू फड़ना चाहती है, जी सदके फड़े, मैं कदे भज्जा नहीं हैगा। पर मैं गल कहना चाहना, यह अज सोचने वाली गल है कि मैनू निशाना बना के मान लो चक के जेल अंदर पा दिता जाता है, तो भरावो आने वाले समय के जिहड़ा भी बंदा साडे पंजाब दी आवाज बुलंद करूगा, साडे पंजाब दे हक्कां दी गल करूगा, उहनूं फिर ऐं दब दित्ता जाऊगा, ऐं खत्म कर दित्ता जाऊगा। यह फैसला पंजाब दे लोकां ने करना।